ਉਹਨੂੰ ਤਾਂ ਵੈਸੇ ਕੋਈ ਪਸੰਦ ਨਹੀਂ ਕਰਦਾ ਸੁਖਬੀਰ ਨੂੰ। ਇਹਨਾਂ ਨੇ ਜਿਹੜੇ ਚੇਲੇ ਨੇ ਉਹਦੇ ਉਹ ਕਰ ਰਹੇ ਨੇ, ਮੈਨੂੰ ਦੱਸੋ ਵੀ ਜਿਹੜੇ ਅੱਠ ਬੰਦੇ ਕੱਢੇ ਸੀ ਉਹਨਾਂ ਕੀ ਕਸੂਰ ਹੈ? ਉਹਨਾਂ ਕਸੂਰ ਇਹੀ ਸੀ ਨਾ ਵੀ ਸਾਰਿਆਂ ਨੇ ਫੈਸਲਾ ਕੀਤਾ ਕਿ ਇਹਦੇ ਸੁਧਾਰ ਕਰੋਗੇ, ਇਹ ਬਹੁਤ ਬੁਰੀ ਹਾਲਤ ਹੋ ਰਹੀ ਹੈ। ਮੇਰੀ ਗੱਲ ਸੁਣੋ ਨਾ, ਮੈਨੂੰ ਅਕਾਲੀ ਦਲ 'ਚ ਕੋਈ ਕੱਢ ਸਕਦਾ? ਮੈਂ ਅਕਾਲੀ ਹਾਂ, ਅਕਾਲੀ ਰਹਾਂਗਾ, ਅਕਾਲੀ ਹਮੇਸ਼ਾ ਜ਼ਿੰਦਗੀ 'ਚ ਬਣਿਆ, ਸਾਰਾ ਪਰਿਵਾਰ ਅਕਾਲੀ ਰਿਹਾ, ਸਾਡਾ ਪਰਿਵਾਰ ਵੀ ਅਕਾਲੀਆਂ ਦਾ ਪਰਿਵਾਰ ਵੱਜਦਾ। ਉਹ ਤਾਂ ਇਹ ਵੀ ਕਹਿ ਰਹੇ ਕਹਿੰਦੇ ਕਿ ਜਿਹੜਾ ਓਪਰੇਸ਼ਨ ਨਾਗਪੁਰ ਆ ਦੋ ਹਿੱਸਿਆਂ 'ਚ ਚੱਲ ਰਿਹਾ, ਇੱਕ ਅੰਮ੍ਰਿਤਪਾਲ ਜਿਹੜਾ ਉਸ ਦੀ ਇਲੈਕਸ਼ਨ ਲੜਵਾਉਣੀ RSS ਹੈ, ਦੂਜਾ ਓਪਰੇਸ਼ਨ ਨਾਗਪੁਰ ਦਾ ਹਿੱਸਾ ਬਾਕੀ ਦਲ। ਮੈਨੂੰ ਦੱਸੋ ਵੀ ਜਿਹਨੂੰ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ, ਜਿਹਨੂੰ ਪੰਜਾਬ ਤੋਂ ਐਡੀ ਵੱਡੀ ਦੂਰ ਰੱਖਿਆ ਹੋਇਆ, ਉਹਨੂੰ ਇਹ ਨਾਗਪੁਰ ਨਾਲ ਜੋੜ ਰਹੇ ਨੇ। ਢਿੰਡਸਾ ਸਾਹਿਬ ਸਰਪ੍ਰਸਤ ਸੀਗੇ ਤੁਸੀਂ ਪਾਰਟੀ ਦੇ, ਔਰ ਤੁਹਾਨੂੰ ਇਹ ਕੱਲ੍ਹ ਜਦੋਂ ਪ੍ਰੈਸ ਕਾਨਫਰੰਸ ਤੁਸੀਂ ਸੁਣੀ ਹੋਣੀ ਹੈ, ਕਹਿੰਦੇ ਸਰਪ੍ਰਸਤ ਉਹਨੂੰ ਬਣਾਇਆ ਜਾਂਦਾ ਜਿਹੜਾ ਕਾਬਲ ਕਿਸੇ ਇਲੈਕਸ਼ਨ ਲੜਨ ਦਾ ਨਾ ਹੋਵੇ, ਉਹਨੂੰ ਐਡਜਸਟ ਕਰ ਦਿੱਤਾ ਜਾਂਦਾ, ਇਸ ਤਰੀਕੇ ਦੀਆਂ ਗੱਲਾਂ ਕਹਿੰਦੇ ਹੋਏ ਨਜ਼ਰ ਆਏ। ਇਹ ਹੁਣ ਤਾਂ ਉਹ ਪਸੇ ਹੋਏ ਨੂੰ ਹੋਰ ਕੀ ਕਰਨ, ਕਿਉਂਕਿ ਜੋ ਕੁਛ ਕਲੀਅਰ ਨੇ ਦੱਸਤਾ ਦੁਨੀਆ ਨੂੰ ਸਾਹਮਣੇ, ਅਤੇ ਇੰਨੇ ਘਬਰਾਹਟ ਹੋ ਗਏ ਅਤੇ ਹੋਰ ਹਰੇਕ ਨੂੰ ਕੱਢੀ ਜਾ ਰਹੇ ਨੇ। ਉਹਨੂੰ ਤਾਂ ਵੈਸੇ ਕੋਈ ਪਸੰਦ ਨਹੀਂ ਕਰਦਾ ਸੁਖਬੀਰ ਨੂੰ, ਹੁਣ ਉਹਨੂੰ ਬਚਾਉਣ ਲਈ ਇਹਨਾਂ ਨੇ ਜਿਹੜੇ ਚੇਲੇ ਨੇ ਉਹਦੇ ਉਹ ਕਰ ਰਹੇ ਨੇ। ਮੈਨੂੰ ਦੱਸੋ ਵੀ ਜਿਹੜੇ ਅੱਠ ਬੰਦੇ ਕੱਢੇ ਸੀ ਉਹਨਾਂ ਕੀ ਕਸੂਰ ਹੈ? ਉਹਨਾਂ ਕਸੂਰ ਇਹੀ ਸੀ ਨਾ ਵੀ ਸਾਰਿਆਂ ਨੇ ਫੈਸਲਾ ਕੀਤਾ ਕਿ ਇਹਦੇ ਸੁਧਾਰ ਕਰੋਗੇ, ਬਹੁਤ ਬੁਰੀ ਹਾਲਤ ਹੋ ਰਹੀ ਹੈ, 7 ਜਵਾਨਤਾ 10 ਜਵਾਨਤਾ ਜ਼ਬਤ ਹੋ ਗਈਆਂ, ਇਸ ਕਰਕੇ ਆਪਾਂ ਇਹਨੂੰ ਸੁਧਾਰ ਲਈਏ। ਪਾਰਟੀ ਸੁਧਾਰ ਲਿਆਉਣਾ ਗੁਨਾਹ ਹੈ? ਉਹਨਾਂ ਨੂੰ ਕੱਢਤਾ ਅੱਠ ਔਰ ਚੁਣ ਕੇ ਕੱਢਿਆ, ਇਹ ਨਹੀਂ ਹੈ ਸੁਧਾਰ ਲਿਆਉਣ ਲਈ ਕਿ ਇਕੱਲੇ ਇਹ ਅੱਠ ਬੰਦੇ ਨੇ, ਸੁਧਾਰ ਲੈਣ ਲਈ ਬਹੁਤ ਬੰਦੇ ਨੇ ਜਿਹੜੇ ਸੁਧਾਰ ਲਿਆਉਣਾ ਚਾਹੁੰਦੇ ਨੇ। ਲੇਕਿਨ ਜਿਵੇਂ ਤੁਹਾਨੂੰ ਕੱਲ੍ਹ ਬਾਹਰ ਦਾ ਰਸਤਾ ਦਿਖਾਇਆ ਗਿਆ ਔਰ ਜਿਹੜੇ ਤੁਹਾਡੇ ਬਾਰੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ, ਕਿਉਂਕਿ ਤੁਹਾਡਾ ਸਿਆਸਤ 'ਚ ਬਹੁਤ ਵੱਡਾ ਤਜ਼ਰਬਾ ਹੈ, ਤੁਸੀਂ ਸਾਰੀ ਉਮਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕਈ ਜਿਹੜੀ ਤੁਹਾਡੀ ਅਕਾਲੀ ਦਲ 'ਚ ਰਿਹਾ, ਕਹਿੰਦੇ ਕਿ ਇਲੈਕਸ਼ਨ ਢੀਂਡਸਾ ਹੋਰੀ ਹਾਰਦੇ ਰਹੇ, ਅਸੀਂ ਇਹਨਾਂ ਨੂੰ ਕੋਈ ਨਾ ਕੋਈ ਅਹੁਦਾ ਦਿੰਦੇ ਰਹੇ, ਇਹਨਾਂ ਨੂੰ ਐਡਜਸਟ ਕਰਦੇ ਰਹੇ। ਇਹ ਕੌਣ ਹੁੰਦੇ ਨੇ ਐਡਜਸਟ ਕਰਨ ਵਾਲੇ? ਇਹਨੇ ਕੋਈ ਕੁਰਬਾਨੀ ਕੀਤੀ ਹੈ? ਅਸੀਂ ਕੁਰਬਾਨੀਆਂ ਕੀਤੀਆਂ, ਅਸੀਂ ਹਰੇਕ ਮੋਰਚੇ 'ਚ ਗਏ, ਹਰੇਕ ਜੇਲ੍ਹ ਕੱਟੀ ਹੈ, ਅਤੇ ਇਹਨੇ ਇਹ ਕੌਣ ਨੇ? ਮੈਂ ਕੋਈ ਕਿਸੇ ਤੋਂ ਖਰਾਤ ਮੰਗੀ ਹੈ? ਨੰਬਰ 2 ਮੈਂ ਸੁਖਬੀਰ ਨਹੀਂ ਹਾਰਿਆ, 2-3 ਵਾਰੀ ਹਾਰ ਗਿਆ, ਮੈਂ 2-3 ਵਾਰੀ ਹਾਰਿਆ, ਲੇਕਿਨ ਮੈਂ ਜਿੱਤਿਆ ਬਹੁਤ ਵਾਰੀਆਂ, ਮੈਂ 4 ਵਾਰੀ ਲਗਾਤਾਰ MLA ਬਣਿਆ, 1 ਵਾਰੀ ਵੀ ਹਾਰਿਆ ਨਹੀਂ, ਜਾ ਕੇ 97 'ਚ ਹਾਰਿਆ, ਔਰ ਉਦੋਂ ਬਾਅਦ ਮੈਨੂੰ ਠੀਕ ਹੈ, ਬਾਦਲ ਸਾਹਿਬ ਨਾਲ ਮੇਰਾ ਬਹੁਤ ਨਜ਼ਦੀਕੀ ਸੀ, ਮੈਨੂੰ ਉਹਨਾਂ ਨੇ ਚੇਅਰਮੈਨ ਲਾਤਾ ਅਤੇ ਉਸ ਤੋਂ ਬਾਅਦ ਮੈਨੂੰ ਰਾਜ ਸਭਾ 'ਚ ਭੇਜਤਾ। 2000 ਦੀ ਇਲੈਕਸ਼ਨ ਲੜੀ, ਮੈਂ ਜਿੱਤਿਆ, ਲੋਕ ਸਭਾ ਜਿੱਤਿਆ, ਫਿਰ ਮੈਂ ਦੋ ਦਵਾਰ ਲੋਕ ਸਭਾ ਵੀ ਹਾਰਿਆ, ਅਤੇ ਤਿੰਨ ਇਲੈਕਸ਼ਨ ਹਾਰਿਆ ਇੰਨੇ 50-55 ਸਾਲ ਦੇ ਮੇਰੇ ਪੋਲੀਟੀਕਲ ਲਾਈਫ 'ਚ, ਅਤੇ ਇਹ ਤਾਂ ਥੋੜ੍ਹੀ ਜਿਹੀ ਲਾਈਫ 'ਚ ਹੀ, ਇਹਨਾਂ 'ਚ ਕਿਹੜੇ ਕਿੰਨੇ ਕੁ ਜਿੱਤੇ ਨੇ ਜੀ, ਮੈਨੂੰ ਦੱਸਦੇ ਨੇ ਵੀ ਕਿੰਨੇ ਕੁ ਜਿੱਤੇ ਨੇ? ਕਿਉਂਕਿ ਸਰਪ੍ਰਸਤ ਪਾਰਟੀ ਸਭ ਤੋਂ ਉੱਪਰ ਹੁੰਦਾ ਔਰ ਸਰਪ੍ਰਸਤ ਬਾਰੇ ਸ਼ਬਦਾਂ ਦਾ ਇਸਤੇਮਾਲ ਕਰਨਾ, ਔਰ ਹੁਣ ਤੁਸੀਂ ਅੱਗੇ ਕੀ ਕਰੋਗੇ? ਉਹ ਕਹਿ ਰਹੇ ਅਸੀਂ ਅਕਾਲੀ ਦਲ ਤੋਂ ਕੱਢ ਦਿੱਤਾ।
ਮੇਰੀ ਗੱਲ ਸੁਣ ਲਓ, ਨਾ ਮੈਨੂੰ ਅਕਾਲੀ ਦਲ ਚੋਂ ਕੋਈ ਕੱਢ ਸਕਦਾ। ਮੈਂ ਅਕਾਲੀ ਹਾਂ, ਅਕਾਲੀ ਰਹਾਂਗਾ, ਅਕਾਲੀ ਹਮੇਸ਼ਾ ਜ਼ਿੰਦਗੀ 'ਚ ਰਿਹਾ, ਸਾਰਾ ਪਰਿਵਾਰ ਅਕਾਲੀ ਰਿਹਾ, ਸਾਡਾ ਪਰਿਵਾਰ ਵੀ ਅਕਾਲੀਆਂ ਦਾ ਪਰਿਵਾਰ ਵੱਜਦਾ, ਪਿੰਡ 'ਚ ਵੀ ਵੱਜਦੇ ਹਾਂ। ਇਸ ਕਰਕੇ ਕੌਣ ਹੁੰਦੇ ਨੇ ਕਰਨ ਵਾਲੇ? ਤੁਹਾਨੂੰ ਹੁਣ ਤੁਸੀਂ ਕਹਿ ਰਹੇ ਅਸੀਂ ਪਾਰਟੀ ਇਲੈਕਸ਼ਨ ਨਹੀਂ ਹੋਈ, ਇਹ ਤਾਂ ਵੈਸੇ ਵੀ ਫਿੱਟ ਹੀ ਨੇ, ਕਿਉਂਕਿ ਇਲੈਕਸ਼ਨ ਤੋਂ ਟਾਈਮ ਬਹੁਤ ਅੱਗੇ ਉੱਪਰ ਲੰਘ ਗਿਆ। ਅਸੀਂ ਨਵੀਂ ਇਲੈਕਸ਼ਨ ਕਰਾ ਰਹੇ ਹਾਂ, ਡੈਲੀਗੇਟ ਇਜਲਾਸ ਸੱਦ ਰਹੇ ਹਾਂ, ਅਤੇ ਇਸ ਕਰਕੇ ਹੈ ਕਿਉਂਕਿ ਸੁਧਾਰ ਲਿਆਉਣਾ ਕੋਈ ਗੁਨਾਹ ਨਹੀਂ ਹੁੰਦਾ। ਤੁਸੀਂ ਕਹਿ ਰਹੇ ਹੋ ਨਵੀਂ ਇਲੈਕਸ਼ਨ ਪ੍ਰਧਾਨਗੀ ਨੂੰ ਲੈ ਕੇ, ਜਾਂ ਉਹ ਡੈਲੀਗੇਟ ਦਾ ਜ਼ਿਕਰ ਕਰਦੇ, ਕੱਲ੍ਹ ਕਹਿੰਦੇ 98% ਡੈਲੀਗੇਟ ਸਾਡੇ ਕੋਲ ਨੇ, ਕੋਈ ਉਹਨਾਂ ਕੋਲ ਹੋਣਗੇ ਫਿਰ ਆਪੀ ਡੈਲੀਗੇਟ ਨਹੀਂ ਚੁਣਨਾ? ਅਸੀਂ ਤਾਂ ਨਹੀਂ ਚੁਣਨਾ, ਅਸੀਂ ਡੈਲੀਗੇਟ ਹੀ ਨਹੀਂ ਚੁਣਨਾ। ਜੇ ਉਹਨਾਂ ਕੋਲ 95% ਹੈਗੇ ਤਾਂ ਫਿਰ ਠੀਕ ਹੈ, ਉਹ ਜਿੱਤੇ ਪਏ ਨੇ। ਤੁਹਾਡੇ 'ਚ ਕਹਿੰਦੇ ਵਡਾਲਾ ਹੋਰਾਂ ਦਾ ਨਾਮ ਚੱਲ ਰਿਹਾ ਪ੍ਰਧਾਨਗੀ ਨੂੰ ਲੈ ਕੇ? ਨਹੀਂ ਨਹੀਂ, ਕਿਸੇ ਦਾ ਨਾਂ ਨਹੀਂ ਚੱਲ ਰਿਹਾ ਨਾ, ਕਿਉਂਕਿ ਡੈਮੋਕ੍ਰੇਟਿਕ ਪਾਰਟੀ ਹੈ, ਪਤਾ ਨਹੀਂ ਕਿਹਨੂੰ ਚੁਣ ਲੈਣ, ਜਿਹਨੂੰ ਚੁਣ ਲੈਣਗੇ ਉਹੀ ਲੀਡਰ ਬਣ ਜੂ, ਉਹੀ ਪ੍ਰਧਾਨ ਬਣ ਜੂ। ਦੂਜੇ ਵੀ ਇਹ ਉਹ ਕਹਿੰਦੇ ਕਿ ਪੰਜਾਬ 'ਚ ਓਪਰੇਸ਼ਨ ਨਾਗਪੁਰ ਚੱਲ ਰਿਹਾ, ਬੀਜੇਪੀ ਇਹ ਚਲਾ ਰਹੀ ਹੈ, ਜਿਵੇਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਨਾਲ ਕੀਤਾ, ਸ਼ਰਦ ਪਵਾਰ ਹੋਰਾਂ ਨਾਲ ਕੀਤਾ, ਹਰਿਆਣੇ ਚੌਟਾਲਾ ਹੋਰਾਂ ਨਾਲ ਕੀਤਾ, ਇਹ ਬਾਗੀ ਧੜੇ ਦੇ ਜ਼ਰੀਏ ਇਹ ਦਫ਼ਤਰ ਤੇ ਕਬਜ਼ਾ ਕਰਵਾਉਣਾ ਚਾਹੁੰਦੇ ਨੇ, ਇਹ ਸਿੰਬਲ ਤੇ ਕਬਜ਼ਾ ਕਰਵਾਉਣਾ ਚਾਹੁੰਦੇ ਨੇ, ਲੇਕਿਨ ਇਹ ਪੰਜਾਬ ਹੈ, ਇਹ ਮਹਾਰਾਸ਼ਟਰ ਨਹੀਂ, ਅਜਿਹਾ ਪੰਜਾਬ 'ਚ ਨਹੀਂ ਹੋ ਸਕਦਾ। ਨਾ ਤਾਂ ਸਾਡੀ ਬੀਜੇਪੀ ਨਾਲ ਇਹ ਪਾਵਰ ਤਾਂ ਭੋਗਦੇ ਰਹੇ, ਕਹਿੰਦੇ ਸਾਨੂੰ ਨੇ ਨਾ, ਅੱਜ ਤੱਕ ਅਸੀਂ ਨਾਗਪੁਰ ਦੇਖਿਆ ਨਾ RSS ਦੇ ਨਾਲ ਸਾਡੀ ਕੋਈ ਸੰਬੰਧ ਹੈ, ਔਰ ਬੀਜੇਪੀ ਨਾਲ ਵੀ ਇਹੀ ਇਹ ਆਪ ਹੀ ਲੈਂਦੇ ਰਹੇ ਸਾਰਾ ਕੁਛ। ਬੀਜੇਪੀ ਹਰਸਿਮਰਤ ਮਿਨਿਸਟਰ ਨਹੀਂ ਸੀ ਜਦੋਂ ਪਾਸ ਕੀਤੇ ਦੋਨੋਂ ਐਕਟ, ਉਦੋਂ ਕਿੱਥੇ ਸੀ ਇਹ? ਉਸ ਤੋਂ ਬਾਅਦ ਬਾਦਲ ਸਾਹਿਬ ਤੋਂ ਬਿਆਨ ਦਵਾਉਣ ਵਾਲੇ ਕੌਣ ਨੇ? ਇਹੀ ਸੀ ਨਾ, ਅਤੇ ਉਸ ਤੋਂ ਬਾਅਦ ਫਿਰ ਮੁਕਰੇ ਬਾਦਲ ਸਾਹਿਬ, ਹਾਲਾਂਕਿ ਬਾਦਲ ਸਾਹਿਬ ਕਿਸਾਨ ਲੀਡਰ ਗਿਣੇ ਗਏ ਨੇ, ਚੌਧਰੀ ਦੇਵੀ ਲਾਲ, ਚੌਧਰੀ ਚਰਨ ਸਿੰਘ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਇਹ ਇਹਨਾਂ ਨੂੰ ਬਦਨਾਮ ਕਰਨ ਲਈ ਇਹਨਾਂ ਨੇ ਬਿਆਨ ਦਵਾਇਆ ਉਹਨਾਂ ਦਾ। ਲੇਕਿਨ ਜਿਹੜਾ ਓਪਰੇਸ਼ਨ ਨਾਗਪੁਰ ਦਾ ਜ਼ਿਕਰ ਕਰ ਰਹੇ ਨੇ ਔਰ ਕਹਿ ਰਹੇ ਬਾਗੀ ਧੜੇ ਪਿੱਛੇ RSS ਹੈ, ਇਹ ਸਾਰਾ ਕੁਛ ਕਰਾ ਰਹੀ ਹੈ, ਸ਼ਿਵ ਸੈਨਾ ਦੀ ਤਰ੍ਹਾਂ ਜਾਂ ਸ਼ਰਦ ਪਵਾਰ ਦੀ ਪਾਰਟੀ ਤਰ੍ਹਾਂ ਪੰਜਾਬ 'ਚ ਕਰਵਾਈ ਗਈ ਹੈ, ਕੋਈ ਝੂਠ ਹੈ? ਸਾਡਾ ਕੋਈ ਵੀ ਬੰਦੇ ਦਾ ਮੇਰਾ ਕਿਸੇ ਨਾਲ ਉਸ ਤੋਂ ਬਾਅਦ ਰਾਬਤਾ ਕਾਇਮ ਰੱਖਿਆ ਹੋ, ਜਦੋਂ ਮੈਂ ਬੀਜੇਪੀ ਨਾਲ ਨਾਤਾ ਤੋੜਿਆ, ਉਸ ਤੋਂ ਬਾਅਦ ਮੇਰੀ ਕਦੇ ਕਿਸੇ ਨਾਲ ਗੱਲ ਹੋਈ ਹੋਵੇ, ਕਦੇ ਟੈਲੀਫੋਨ ਹੋਇਆ ਹੋਵੇ, ਕਿਸੇ ਨਾਲ ਕੋਈ ਮੁਲਾਕਾਤ ਹੋਈ ਹੋਵੇ, ਮੈਨੂੰ ਦੱਸ ਦੇਣ, ਨਹੀਂ ਮੈਂ ਇਹਨਾਂ ਦੀਆਂ ਮੁਲਾਕਾਤਾਂ ਦੱਸ ਦੇਣਾ। ਇਹ ਆਪ ਬੜੇ ਜ਼ੋਰ ਨਾਲ ਕਹਿੰਦਾ ਮੈਂ ਪ੍ਰਧਾਨ ਮੰਤਰੀ ਨੂੰ ਮਿਲਿਆ ਜੀ, ਮੈਂ ਹੋਮ ਮਿਨਿਸਟਰ ਨੂੰ ਮਿਲਿਆ, ਮੇਰੇ ਕੋਲ ਟੈਲੀਫੋਨ ਆ ਗਿਆ ਜੀ, ਹੋਰ ਹੈ ਅਤੇ, ਲੇਕਿਨ ਮੇਰਾ ਤਾਂ ਕਦੇ ਦੱਸੇ। ਉਹ ਤਾਂ ਇਹ ਵੀ ਕਹਿ ਰਹੇ ਕਹਿੰਦੇ ਕਿ ਜਿਹੜਾ ਓਪਰੇਸ਼ਨ ਨਾਗਪੁਰ ਆ ਦੋ ਹਿੱਸਿਆਂ ਚੱਲ ਰਿਹਾ, ਇੱਕ ਅੰਮ੍ਰਿਤਪਾਲ ਜਿਹੜਾ ਉਸ ਦੀ ਇਲੈਕਸ਼ਨ ਲੜਵਾਉਣੀ RSS ਹੈ, ਦੂਜਾ ਓਪਰੇਸ਼ਨ ਨਾਗਪੁਰ ਦਾ ਹਿੱਸਾ ਬਾਗੀ ਧੜਾ ਵਾ। ਮੈਨੂੰ ਦੱਸੋ ਵੀ ਜਿਹਨੂੰ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ, ਜਿਹਨੂੰ ਪੰਜਾਬ ਤੋਂ ਐਡੀ ਵੱਡੀ ਦੂਰ ਰੱਖਿਆ ਹੋਇਆ, ਉਹਨੂੰ ਇਹ ਨਾਗਪੁਰ ਨਾਲ ਜੋੜ ਰਹੇ ਨੇ? ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਕਿ ਉਹਨੂੰ ਬੰਦੇ ਨੂੰ ਜਿਹਨੂੰ ਠੀਕ ਹੈ, ਉਦੋਂ ਸਾਰਿਆਂ ਨੇ ਕਿਹਾ ਵੀ ਤੁਸੀਂ ਵਾਪਸ ਉਹਦੇ ਨਾਲ ਖਿਲਾਫ਼ ਨਾ ਲੜੋ, ਪਰ ਨਹੀਂ ਇਹਨਾਂ ਲੜੇ,
ਤੇ ਅੱਜ ਫਿਰ ਉਹਨੂੰ ਬਦਨਾਮ ਕਰ ਰਹੇ ਨੇ। ਓਪਰੇਸ਼ਨ ਨਾਗਪੁਰ ਇਸ ਕਰਕੇ ਵੀ ਕਹਿ ਰਹੇ, ਕਹਿੰਦੇ ਜਦੋਂ ਤੱਕ ਸਾਡੀ ਗੱਲਬਾਤ ਅਲਾਇੰਸ ਦੀ ਚੱਲ ਰਹੀ ਸੀ ਉਦੋਂ ਤੱਕ ਅੰਮ੍ਰਿਤਪਾਲ ਨੇ ਇਲੈਕਸ਼ਨ ਲੜਨ ਦੀ ਗੱਲ ਨਹੀਂ ਕੀਤੀ। ਉਦੋਂ ਮਾਤਾ ਵੀ ਕਹਿੰਦੇ ਰਹੇ ਇਲੈਕਸ਼ਨ ਨਹੀਂ ਲੜਨਗੇ। ਜਦੋਂ ਸਾਡੀ ਅਲਾਇੰਸ ਦੀ ਬੀਜੇਪੀ ਨਾਲ ਗੱਲਬਾਤ ਟੁੱਟ ਗਈ, ਅਸੀਂ ਕਿਹਾ ਕਿ ਅਸੀਂ ਆਪਣੇ ਸਿਧਾਂਤਾਂ ਤੇ ਖੜੇ ਰਹਿਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਨਾਲ ਅਲਾਇੰਸ ਇਸ ਕਰਕੇ ਨਹੀਂ ਕਰ ਸਕਦੇ। ਉਸ ਤੋਂ ਬਾਅਦ ਬਾਕੀ ਧੜਾ ਵੀ ਖੜਾ ਹੋ ਗਿਆ ਓਪਰੇਸ਼ਨ ਨਾਗਪੁਰ ਜਿਹੜਾ। ਅਸੀਂ ਤਾਂ ਮੈਂ ਤਾਂ ਸਪੋਰਟ ਕੀਤੀ ਸੀ, ਸੁਖਬੀਰ ਨੂੰ ਪਤਾ ਨੀ ਕਿ ਮੈਂ ਸਪੋਰਟ ਕੀਤੀ ਸੀ ਵੀ ਤੁਹਾਨੂੰ ਬੀਜੇਪੀ ਨਾਲ ਨਹੀਂ ਰੱਖਣਾ ਚਾਹੀਦਾ। ਉਦੋਂ ਮੈਨੂੰ ਬਹੁਤ ਚੰਗਾ ਸੀ, ਹੁਣ ਮੈਂ ਬਹੁਤ ਮਾੜਾ ਹੋ ਗਿਆ। ਹੁਣ ਮੇਰਾ ਬੀਜੇਪੀ ਨਾਲ ਸਮਝੌਤਾ ਹੋ ਗਿਆ, ਉਦੋਂ ਮੇਰਾ ਸਮਝੌਤਾ ਨਹੀਂ ਸੀ। ਮੈਨੂੰ ਹੈਰਾਨਗੀ ਹੈ ਵੀ ਕਿਉਂਕਿ ਘਬਰਾਹਟ ਉਹਨਾਂ ਨੂੰ ਹੋ ਰਹੀ ਹੈ ਕਿ ਉਹਨਾਂ ਕੋਲ ਜਵਾਬ ਕੋਈ ਨਹੀਂ ਹੋ ਰਿਹਾ। ਜੋ ਕੁਛ ਉਹਨੇ ਕਹਿਤਾ ਕਲੀਅਰ ਨੇ, ਉਸ ਤੋਂ ਬਾਅਦ ਉਹਨਾਂ ਕੋਲ ਜਵਾਬ ਕੋਈ ਨਹੀਂ। ਕਹਿੰਦੇ ਪ੍ਰਦੀਪ ਕਲੀਅਰ ਦਾ ਜਦੋਂ ਜ਼ਿਕਰ ਹੁੰਦਾ, ਉਹ ਕਹਿੰਦੇ ਰਾਮ ਰਹੀਮ ਕੋਲ ਤਾਂ ਢੀਂਡਸਾ ਹੋਰੀ ਵੀ ਗਏ, ਚੰਦੂ ਮਾਜਰਾ ਹੋਰੀ ਵੀ ਗਏ ਵੋਟਾਂ ਮੰਗਣ, ਓਪਨਲੀ ਵੋਟਾਂ ਮੰਗੀਆਂ ਵੀ ਗਈਆਂ ਉਸ ਵੇਲੇ। ਨਹੀਂ ਗਏ, ਪਰਮਿੰਦਰ ਗਿਆ ਸੀ, ਮੈਂ ਨਹੀਂ ਗਿਆ। ਪਰਮਿੰਦਰ ਗਿਆ ਸੀ, ਜਾ ਕੇ ਉਹਨੇ ਸਜ਼ਾ ਵੀ ਲਵਾਈ, ਅਕਾਲ ਤਖ਼ਤ ਤੇ ਪੇਸ਼ ਹੋਏ ਵੀ ਸਾਤੋਂ ਗਲਤੀ ਹੋ ਗਈ, ਉਹਨੇ ਸਜ਼ਾ ਲਾਈ, ਸਜ਼ਾ ਕੱਟ ਕੇ ਆਏ। ਸਜ਼ਾ ਮਤਲਬ ਉਹਨਾਂ ਨੇ ਪੂਰੀ ਕੀਤੀ ਜੋ ਜ਼ਿਆਦਾ ਅਕਾਲ ਤਖ਼ਤ ਨੇ ਲਾਈ। ਦੁੱਖ ਹੁੰਦਾ ਇਸ ਉਮਰ ਦੇ ਵਿਚ ਜਦੋਂ ਸਰਪ੍ਰਸਤ ਸਭ ਤੋਂ ਵੱਡਾ ਅਹੁਦਾ ਹੁੰਦਾ। ਸੁਖਬੀਰ ਬਾਦਲ ਹੋਰੀ ਪੈਰੀ ਹੱਥ ਵੀ ਲਗਾਉਂਦੇ ਸੀਗੇ, ਔਰ ਇਕਦਮ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਤੁਹਾਡਾ ਤਾਂ ਇੱਕ ਕਹਿੰਦੇ ਜੈ ਵੀਰੂ ਦੀ ਦੋਸਤੀ ਦੀ ਤਰ੍ਹਾਂ ਰਹੀ ਹੈ ਸਾਰੀ ਉਮਰ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਬੇਟੇ ਔਰ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਜਦੋਂ ਵਤਰੇਵਾ ਹੁੰਦਾ ਹੈ, ਔਰ ਤੁਹਾਨੂੰ ਕਹਿ ਦਿੰਦੇ ਕਿ ਸਰਪ੍ਰਸਤ ਉਹ ਨੇ ਜਿਹੜੇ ਇਸਤੇਮਾਲ ਕਰਨ ਲਾਇਕ ਨਹੀਂ ਹੁੰਦੇ, ਦੁੱਖ ਹੁੰਦਾ ਇਸ ਚੀਜ਼ਾਂ ਦਾ? ਦੁੱਖ ਤਾਂ ਦੇਖੋ ਜਿਹੜੇ ਗੱਲ ਹੋਵੇ, ਅੱਜ ਕਿਉਂ ਹੋਇਆ, ਕਿਉਂਕਿ ਮੈਂ ਉਹਨਾਂ ਦੀ ਜਿਹੜੀ ਕੱਢੇ ਸੀ ਉਹਨਾਂ ਨੂੰ ਵਾਪਸ ਲੈ ਲਿਆ ਸੀ, ਮੇਰਾ ਕਸੂਰ ਇਹੀ ਸੀ ਨਾ। ਅੱਜ ਕਿਉਂ ਮਾੜਾ ਹੋ ਗਿਆ ਮੈਂ, ਉਦੋਂ ਬਾਅਦ ਮਾੜਾ ਕਿਉਂ ਹੋਇਆ ਮੈਂ? ਉਦੋਂ ਪਹਿਲਾਂ ਚੰਗਾ ਸੀ, ਮੈਨੂੰ ਜਦੋਂ ਸਰਪ੍ਰਸਤ ਬਣਾਇਆ ਉਦੋਂ ਚੰਗਾ ਸੀ ਮੈਂ। ਇਸ ਕਰਕੇ ਇਹ ਗੱਲਾਂ ਚੱਲਦੀਆਂ ਰਹਿੰਦੀਆਂ, ਕੋਈ ਗੱਲ ਨਹੀਂ।